ਸਾਥਿਓ ਇਸ ਵੀਡੀਓ ਵਿੱਚ ਮੈਂ ਜਿਹੜੇ ਪਿਛਲੇ ਪੇਪਰ ਆ ਪੀਐਸ ਟੈਟ ਦੇ ਪ੍ਰੀਵੀਅਸ ਪੇਪਰ ਆ ਉਹਨਾਂ ਦੇ ਮੈਂ ਤੁਹਾਨੂੰ ਜਿਹੜੀ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਇੰਗਲਿਸ਼ 'ਚ ਨੂੰ ਆਪਾਂ ਕਹਿ ਸਕਦੇ ਹਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਇੱਕ ਤੋਂ 30 ਤੱਕ ਪ੍ਰਸ਼ਨ ਉੱਤਰ ਦੇਵਾਂਗਾ ਜਿਸ ਨਾਲ ਤੁਸੀਂ ਮੌਜੂਦਾ ਪੇਪਰ ਦੀ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਸਾਥਿਓ ਵੀਡੀਓ ਤੁਸੀਂ ਜੋ YouTube ਦੀ ਦੇਖਦੇ ਹੋ ਥੱਲੇ ਮੋਰ ਲਿਖਿਆ ਹੋਇਆ ਉੱਥੇ ਜੇ ਤੁਸੀਂ ਕਲਿੱਕ ਕਰੋਗੇ ਡਿਸਕ੍ਰਿਪਸ਼ਨ ਬਾਕਸ ਵਿੱਚ ਚਲੇ ਜਾਓਗੇ ਉੱਥੇ ਜਾ ਕੇ ਤੁਸੀਂ ਹੋਰ ਪੇਪਰਾਂ ਦੀ ਵੀਡੀਓ ਬਣਾਈ ਹੈ ਤੁਸੀਂ ਉਹਨਾਂ ਨੂੰ ਦੇਖ ਕੇ ਆਪਣੇ ਮੌਜੂਦਾ ਪੇਪਰ ਦੀ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਸਾਥਿਓ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਆਓ ਹੁਣ ਆਪਾਂ ਕਰੀਏ ਪ੍ਰੀਵੀਅਸ ਪੇਪਰ ਪੀਐਸ ਟੈਟ ਦਾ ਜਿਹੜਾ 2018 ਦਾ ਪੇਪਰ ਪ੍ਰਸ਼ਨ ਨੰਬਰ 1 ਇੱਕ ਵਿਚਾਰ ਜਾਂ ਧਾਰਨਾ ਜੋ ਨਵੀਂ ਮੌਲਿਕ ਅਤੇ ਲਾਭਦਾਇਕ ਹੈ ਦੇ ਉਤਪਾਦਨ ਵਿੱਚ ਸੋਚ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਏ ਨੰਬਰ ਤੇ ਰਚਨਾਤਮਕਤਾ ਨੰਬਰ 2 ਐਨਸੀਐਫ 2022 ਅਨਸਾਰ ਦੀ ਭੂਮਿਕਾ ਹੈ ਇਸ ਦਾ ਉੱਤਰ ਹੈ ਮਦਦਗਾਰ ਦੀ ਨੰਬਰ 3 ਵੱਖ-ਵੱਖ ਸਮਾਜਿਕ ਆਰਥਿਕ ਅਤੇ ਸੰਸਕ੍ਰਿਤਕ ਅਸ਼ੋਕੜ ਦੇ ਵੱਖ-ਵੱਖ ਬੱਚਿਆਂ ਵਾਲਾ ਵਿਭਿੰਨਤਾ ਭਰਿਆ ਕਲਾਸ ਰੂਮ ਵਿਦਿਆਰਥੀਆਂ ਦੇ ਸਿੱਖਿਆ అనుభవਾਂ ਨੂੰ ਵਧਾਉਂਦਾ ਹੈ ਇਹ ਕਥਨ ਤਾਂ ਇਸ ਦਾ ਉੱਤਰ ਹੈ ਸਹੀ ਹੈ ਕਿਉਂਕਿ ਬੱਚੇ ਆਪ ਦੇ ਸਾਥੀਆਂ ਕੋਲੋਂ ਬਹੁਤ ਸਾਰੀਆਂ ਨਪੁੰਨਤਾਵਾਂ ਸਿੱਖ ਸਕਦੇ ਹਨ ਨੰਬਰ 4 ਅਧਿਆਪਨ ਪ੍ਰਣਾਲੀ ਦੇ ਢੇਠਾ ਦਿੱਤੇ ਅੰਸ਼ਾਂ ਨੂੰ ਤਰਤੀਬ ਵਿੱਚ ਲਿਖੋ ਤਾਂ ਇਸ ਦਾ ਉੱਤਰ ਹੈ ਨੰਬਰ 4 ਤੇ ਪਹਿਲਾਂ ਆਊਗਾ ਉਦੇਸ਼ਾਂ ਦਾ ਨਿਰਮਾਣ ਨੰਬਰ 1 ਵਿਸ਼ੇ ਵਸਤੂ ਦੀ ਚੋਣ ਨੰਬਰ 5 ਅਧਿਆਪਨ ਨੰਬਰ 2 ਮਲਾਂਕਣ ਤੇ ਨੰਬਰ 3 ਤੇ ਉਹਦਾ ਫੀਡਬੈਕ ਹੈ ਇਹਨਾਂ ਦੀ ਸਹੀ ਤਰਤੀਬ ਹੈ ਨੰਬਰ 5 ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਬਾਰੇ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਤਾਂ ਇਸਦਾ ਉੱਤਰ ਹੈ ਡੀ ਨੰਬਰ ਤੇ ਪੜਾਅ ਨਾ ਬਦਲਣ ਯੋਗ ਹਨ ਜਿਸਦਾ ਭਾਵ ਹੈ ਕਿ ਕੋਈ ਵੀ ਪੱਧਰ ਛੱਡਿਆ ਨਹੀਂ ਜਾ ਸਕਦਾ ਪ੍ਰਸ਼ਨ ਨੰਬਰ 6 ਲੀ ਵਿਗੋਟਸਕੀ ਅਨੁਸਾਰ ਇਸ ਦਾ ਉੱਤਰ ਹੈ ਸੀ ਨੰਬਰ ਤੇ ਭਾਸ਼ਾ ਵਿਕਾਸ ਮਾਨਵ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ ਪ੍ਰਸ਼ਨ ਨੰਬਰ 7 ਸਿੱਖਿਆ ਦਾ ਅਧਿਕਾਰ ਐਕਟ 2009 ਅਨੁਸਾਰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜਨਾ ਚਾਹੀਦਾ ਹੈ ਤਾਂ ਇਸ ਦਾ ਉੱਤਰ ਹੈ ਡੀ ਨੰਬਰ ਤੇ ਉਹਨਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਰਬੰਧ ਨਾਲ ਇੱਕ ਸਮਲਿਤ ਸਿੱਖਿਆ ਪ੍ਰਣਾਲੀ ਰਾਹੀਂ ਨੰਬਰ 8 ਇੱਕ ਪ੍ਰਭਾਵਸ਼ਾਲੀ ਅਧਿਆਪਕ ਉਸ ਜਮਾਤ ਵਿੱਚ ਜਿੱਥੇ ਵਿਦਿਆਰਥੀ ਵੱਖ-ਵੱਖ ਪਿਸ਼ੋਕੜ ਤਾਂ ਇਸ ਦਾ ਉੱਤਰ ਹੈ ਸਮੂਹ ਵਿੱਚ ਵਿਅਕਤੀਗਤ ਪਿੰਨਤਾਵਾਂ ਨਾਲ ਮੁਖਾਤਬ ਹੋਣ ਲਈ ਉਹਨਾਂ ਦੇ ਸੰਸਕ੍ਰਿਤ ਗਿਆਨ ਤੇ ਕੇਂਦਰ ਕਰੇਗਾ ਨੰਬਰ 9 ਪਿਆਜੇ ਦੇ ਬੌਧਿਕ ਵਿਕਾਸ ਸਿਧਾਂਤ ਅਨੁਸਾਰ ਕੰਪੋਜ਼ਿਟ ਕਿਰਿਆਵਾਂ ਜਿਹੜੀਆਂ ਕਿ ਇੱਕ ਅਦਰੂਨੀ ਅਰਥ ਦੁਆਰਾ ਮਜ਼ਬੂਤੀ ਨਾਲ ਜੁੜੀਆਂ ਅਤੇ ਨਿਯੰਤਰਿਤ ਹਨ ਇੱਕ ਜੁੜਵੀ ਅਤੇ ਦਰਹਾਉਣ ਯੋਗ ਕਿਰਿਆ ਲੜੀ ਹੈ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੇ ਤੌਰ ਤੇ ਜਾਣੀ ਜਾਂਦੀ ਹੈ ਤਾਂ ਇਸ ਦਾ ਉੱਤਰ ਹੈ ਖਾਕਾ ਨੰਬਰ 10 ਕਨਵੈਨਸ਼ਨ ਮੋਰੈਲਟੀ ਇੱਕ ਪੱਧਰ ਹੈ ਜਿਹੜਾ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸਿਧਾਂਤ ਵਿੱਚ ਆਉਂਦਾ ਹੈ ਤਾਂ ਇਸ ਦਾ ਉੱਤਰ ਹੈ ਬੀ ਨੰਬਰ ਤੇ ਨੈਤਿਕ ਵਿਕਾਸ ਦੇ ਸਿਧਾਂਤ ਵਿੱਚ ਪ੍ਰਸ਼ਨ ਨੰਬਰ 11 ਕਿਹੜਾ ਸਿਧਾਂਤ ਇਸ ਨਿਯਮ ਤੇ ਆਧਾਰਿਤ ਹੈ ਕਿ ਸਿਖਿਆਰਥੀ ਮੌਜੂਦਾ ਗਿਆਨ ਦੇ ਆਧਾਰ ਤੇ ਨਵੇਂ ਵਿਚਾਰ ਅਤੇ ਧਾਰਨਾਵਾਂ ਘੜਦਾ ਹੈ ਤਾਂ ਇਸ ਦਾ ਉੱਤਰ ਹੈ ਬੀ ਨੰਬਰ ਤੇ ਬੌਧਿਕ ਰਚਨਾਤਮਕਤਾ ਨੰਬਰ 12 ਭਾਵਨਾਤਮਕ ਬੁੱਧੀ ਦੇ ਮਾਡਲ ਵਿੱਚ ਹੇਠਾਂ ਦਿੱਤੇ ਵਿੱਚੋਂ ਕਿਹੜੀ ਆਤਮ ਜਾਗਰੂਕਤਾ ਦੀ ਵਿਸ਼ੇਸ਼ਤਾ ਹੈ ਤਾਂ ਇਸ ਦਾ ਉੱਤਰ ਹੈ ਆਪਣੀਆਂ ਭਾਵਨਾਵਾਂ ਬੁੱਧੀ ਯੋਜਨਾਵਾਂ ਅਤੇ ਕਮਜ਼ੋਰੀਆਂ ਨੂੰ ਜਾਨਣਾ ਸ਼ਖਸੀਅਤ ਦੇ ਟਰੈਟ ਸਿਧਾਂਤ ਦੀਆਂ ਬਾਹਰਮੁਖੀ ਅਤੇ ਅੰਤਰਮੁਖੀ ਧਾਰਨਾ ਦਾ ਵਿਚਾਰ ਕਿਸ ਨੇ ਦਿੱਤਾ ਤਾਂ ਇਸਦਾ ਉੱਤਰ ਹੈ ਕਾਰਲ ਜੰਗ ਨੰਬਰ 14 ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਲਿੰਗ ਵੰਡ ਸੰਕੇਤ ਕਰਦਾ ਹੈ ਤਾਂ ਇਸਦਾ ਉੱਤਰ ਹੈ ਸਮਾਜ ਦੁਆਰਾ ਲੜਕਾ ਅਤੇ ਲੜਕੀ ਨੂੰ ਸੌਂਪੀਆਂ ਗਈਆਂ ਅਸਮਾਨ ਭੂਮਿਕਾਵਾਂ ਹੈ ਨੰਬਰ 15 ਯਾਦ ਕਰਨ ਕਿਸਮ ਪ੍ਰੀਖਿਆ ਅਤੇ شناਖਿਤ ਕਰਨਾ ਕਿਸਮ ਪ੍ਰੀਖਿਆ ਕਿਸਮਾਂ ਹਨ ਤਾਂ ਇਸ ਦਾ ਉੱਤਰ ਹੈ ਵਿਕਲਪੀ ਪ੍ਰੀਖਿਆ ਨੰਬਰ 16 ICIDH ਦਾ ਪੂਰਨ ਰੂਪ ਕੀ ਹੈ ਤਾਂ ਇਸ ਦਾ ਉੱਤਰ ਹੈ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਅਪੇਅਰਮੈਂਟ ਡਿਸੇਬਿਲਟੀਜ਼ ਐਂਡ ਹੈਂਡੀਕੈਪਸ ਨੰਬਰ 17 ਪਹਿਚਾਣ ਬਨਾਮ ਭੂਮਿਕਾ ਉਲਝਣ ਦੀ ਧਾਰਨਾ ਹੁੰਦੀ ਹੈ ਤਾਂ ਇਸ ਦਾ ਉੱਤਰ ਹੈ ਬੀ ਨੰਬਰ ਤੇ ਕਿਸ਼ੋਰ ਅਵਸਥਾ ਵਿੱਚ ਪ੍ਰਸ਼ਨ ਨੰਬਰ 18 ਜੀਰੋਮ ਬਰੂਨਰ ਅਨੁਸਾਰ ਸੁਝਾਈਆਂ ਗਈਆਂ ਮੁੱਖ ਬੌਧਿਕ ਵਿਕਾਸ ਦੀਆਂ ਅਵਸਥਾਵਾਂ ਦੀ ਸਹੀ ਲੜੀ ਹੈ ਤਾਂ ਇਸ ਦਾ ਉੱਤਰ ਹੈ ਸੀ ਨੰਬਰ ਤੇ ਨਾਟਕੀ ਮੂਰਤਕ ਤੇ ਸੰਕੇਤਕ ਨੰਬਰ 19 ਕਿਸ ਨੇ ਕਿਹਾ ਜੇਕਰ ਇੱਕ ਬੱਚਾ ਜਦੋਂ ਸਿੱਖਣ ਦੇ ਯੋਗ ਹੈ ਤਾਂ ਪਹਿਲਾਂ ਨਹੀਂ ਸਿੱਖੇਗਾ ਫਿਰ ਕਿਉਂ ਫਿਕਰ ਕਰਨੀ ਅਤੇ ਜੇਕਰ ਬੱਚਾ ਸਿੱਖਣ ਦੀ ਯੋਗਤਾ ਤੋਂ ਬਾਅਦ ਆਪ ਹੀ ਸਿੱਖੇਗਾ ਤੇ ਫਿਰ ਕਿਉਂ ਫਿਕਰ ਕਰਨੀ ਤਾਂ ਇਸ ਦਾ ਉੱਤਰ ਹੈ ਜੀ ਰੋਮ ਬਰੂਨਰ ਨੰਬਰ 20 ਹੇਠਾ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਦੀਆਂ ਚਾਰ ਅਵਸਥਾਵਾਂ ਜੋ ਕਿ ਸੰਵੇਦਕ ਮੋਟਰ, ਪੂਰਵ ਕਿਰਿਆ ਪ੍ਰਣਾਲੀ, ਠੋਸ ਕਿਰਿਆ ਪ੍ਰਣਾਲੀ ਅਤੇ ਰਸਮੀ ਕਿਰਿਆ ਪ੍ਰਣਾਲੀ ਦੀ ਪਛਾਣ ਕਰਦਾ ਹੈ ਤਾਂ ਇਸ ਦਾ ਉੱਤਰ ਹੈ ਜੀਨ ਪਿਆਜੇ ਦਾ ਬੌਧਿਕ ਵਿਕਾਸ ਦਾ ਸਿਧਾਂਤ ਨੰਬਰ 21 ਤੁਹਾਡੇ ਕੋਲ ਲੜਕਿਆਂ ਅਤੇ ਲੜਕੀਆਂ ਦੀ ਮਿਲੀ ਜੁਲੀ ਕਲਾਸ ਹੈ ਤੁਸੀਂ ਉਹਨਾਂ ਵਿੱਚਕਾਰ ਸਹਿਯੋਗ ਵਿੱਚ ਸੁਧਾਰ ਕਰਨ ਲਈ ਕਿਹੜੀ ਵਿਧੀ ਅਪਣਾਓਗੇ ਤਾਂ ਇਸ ਦਾ ਉੱਤਰ ਹੈ ਸੀ ਨੰਬਰ ਤੇ ਅਜਿਹੇ ਕੰਮ ਦਿਓਗੇ ਜਿਹੜੇ ਇਕੱਠੇ ਕੀਤੇ ਜਾਣੇ ਹਨ ਪ੍ਰਸ਼ਨ ਨੰਬਰ 22 ਹੇਠ ਵਿੱਚੋਂ ਕਿਹੜਾ ਇੱਕ ਕਿਸ਼ੋਰ ਨੂੰ ਅਧਿਕਾਰੀ ਦੇ ਵਿਰੁੱਧ ਵਿਦਰੋਹ ਕਰਾਉਂਦਾ ਹੈ ਤਾਂ ਇਸ ਦਾ ਉੱਤਰ ਹੈ ਬੀ ਨੰਬਰ ਤੇ ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ ਨੰਬਰ 23 ਸਿੱਖਿਆ ਸਮਾਜਿਕ ਬਦਲਾਅ ਨਹੀਂ ਲਿਆਉਂਦੀ ਬਲਕਿ ਸਮਾਜਿਕ ਬਦਲਾਅ ਦਾ ਨਤੀਜਾ ਸਿੱਖਿਆਕ ਬਦਲਾਅ ਵਜੋਂ ਨਿਕਲਦਾ ਹੈ ਤੇ ਇਹ ਕਿਸ ਦਾ ਵਿਚਾਰ ਹੈ ਇਸ ਦਾ ਉੱਤਰ ਹੈ ਏਮਲੀ ਦਰਖਿਮ ਅੱਗੇ ਆ ਗਿਆ 24 ਨੰਬਰ ਨਰੀਖਕ ਅਧਿਐਨ ਵਿੱਚ ਸ਼ਾਮਲ ਹੈ ਤਾਂ ਇਸ ਦਾ ਉੱਤਰ ਹੈ ਬੀ ਸਿਰਫ 1 ਅਤੇ 3 1 ਤੇ ਹੈਗਾ ਇਕਾਗਰਤਾ ਅਤੇ ਯਾਦ ਸ਼ਕਤੀ ਨੰਬਰ 3 ਤੇ ਹੈਗਾ ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ ਨੰਬਰ 25 ਮਨ ਲਓ ਤੁਹਾਨੂੰ ਇੱਕ ਪੰਜਾਬੀ ਮਾਧਿਅਮ ਵਾਲਾ ਵਿਦਿਆਰਥੀ ਮਿਲਦਾ ਹੈ ਜਿਸ ਨੇ ਹਿੰਦੀ ਸਿੱਖੀ ਹੈ ਉਸ ਨੂੰ ਪੰਜ ਵਾਕ ਪੰਜਾਬੀ ਤੋਂ ਹਿੰਦੀ ਅਨਵਾਦ ਕਰਨ ਲਈ ਦਿੱਤੇ ਗਏ ਹਨ ਇੱਕ ਮੁਲਾਂਕਣ ਕਰਤਾ ਦੇ ਤੌਰ ਤੇ ਤੁਸੀਂ ਉਸ ਵਿੱਚ ਕਿਹੜੇ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰੋਗੇ ਤਾਂ ਇਸ ਦਾ ਉੱਤਰ ਹੈ ਸਮਝ ਨੰਬਰ 26 ਬੋਝ ਬਿਨਾ ਅਧਿਐਨ ਦਾ ਨਾਰਾ ਦਿੱਤਾ ਗਿਆ ਸੀ ਤਾਂ ਇਸ ਦਾ ਉੱਤਰ ਹੈ ਡੀ ਨੰਬਰ ਤੇ ਯਸ਼ਪਲ ਕਮੇਟੀ ਦੁਆਰਾ ਪ੍ਰਸ਼ਨ ਨੰਬਰ 72 ਸਮੇਟਿਵ ਮੁਲਾਂਕਣ ਵਿੱਚ ਹੀਠਾ ਦਿੱਤਿਆਂ ਵਿੱਚੋਂ ਕਿਹੜਾ ਜਰੀਆ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਇਸਦਾ ਉੱਤਰ ਹੈ ਡੀ ਨੰਬਰ ਤੇ ਸਾਲਾਨਾ ਇਮਤਿਹਾਨ ਨੰਬਰ 28 ਹੀਠਾ ਦਿੱਤਿਆਂ ਵਿੱਚੋਂ ਕਿਹੜਾ ਵਿਦਿਆਰਥੀ ਦੀ ਪ੍ਰਭਾਵਸ਼ਾਲੀ ਖੇਤਰ ਦਾ ਮੁਲਾਂਕਣ ਕਰਨ ਦਾ ਢੁਕਵਾਂ ਰੂਪ ਹੈ ਤਾਂ ਇਸਦਾ ਉੱਤਰ ਹੈ ਨਿਰੀਖਣ ਨੰਬਰ 29 ਪ੍ਰਣਵ ਊਰਜਾ ਨਾਲ ਓਵਰਲੋਡ ਪ੍ਰਤੀਤ ਹੁੰਦਾ ਹੈ ਉਹ ਆਪਣੀ ਸੀਟ ਉੱਪਰ ਉਛਾਲਦਾ ਹੈ ਅਤੇ ਲਗਾਤਾਰ ਹੋਰਨਾਂ ਦੇ ਕੰਮ ਵਿੱਚ ਇਨਵਿਗਨ ਪਾਉਂਦਾ ਹੈ ਉਸ ਲਈ ਉਸਦੇ ਅਧਿਆਪਕ ਤੇ ਧਿਆਨ ਕੇਂਦਰ ਕਰਨਾ ਤੇ ਸੁਣਨਾ ਔਖਾ ਹੈ ਉਸਦੇ ਹੀਠਾ ਦਿੱਤਿਆਂ ਵਿੱਚੋਂ ਕਿਹੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹੋਣ ਦੀ ਸੁਭਾਵਨਾ ਹੈ ਤਿਸਦਾ ਉੱਤਰ ਹੈ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਨੰਬਰ 30 ਜਪੀਡੀ ਤੋਂ ਕੀ ਭਾਵ ਹੈ ਤਿਸਦਾ ਉੱਤਰ ਹੈ ਬੀ ਨੰਬਰ ਤੇ ਜੌਨ ਆਫ ਪ੍ਰਾਕਸੀਮਲ ਡਿਵੈਲਪਮੈਂਟ ਸਾਥਿਓ ਏ ਸੀ 2018 ਪੀਐਸ ਟੈਟ ਪੰਜਾਬ ਟੈਟ ਦਾ ਪ੍ਰੀਵੀਅਸ ਪੇਪਰ ਇਸ ਵਿੱਚ ਮੈਂ ਤੁਹਾਨੂੰ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਜਿਹੜੇ ਪ੍ਰਸ਼ਨ ਆ ਉਹਨਾਂ ਦੇ ਉੱਤਰ ਦਿੱਤੇ ਹਨ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜੋ ਪੜ੍ਹ ਕੇ ਇਹਨੂੰ ਸੁਣ ਕੇ ਵਧੀਆ ਤਰੀਕੇ ਨਾਲ ਆਪਦੇ ਪੇਪਰ ਦੀ ਤਿਆਰੀ ਕਰੋ ਤੁਸੀਂ ਇਸ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਸਾਥਿਓ ਮਿਲਦੇ ਹਾਂ ਅਗਲੇ